ਇਹਨਾਂ ਨੇ ਕੀ ਕੀਤਾ, ਇੰਡਸਟਰੀਅਲ ਨੂੰ ਆਪਦੇ ਕੋਲੇ ਬੁਲਾ ਲਿਆ, ਲੋਕਾਂ ਨੂੰ ਪਰਾਂ ਛੱਡਤਾ। ਜਿਸ ਦੇਸ਼ ਕਾ ਰਾਜਾ ਵਪਾਰੀ, ਉਸ ਦੇਸ਼ ਕੀ ਜਨਤਾ ਭਿਖਾਰੀ। ਆਪ ਹੀ ਜਦੋਂ ਵਪਾਰੀ ਬਣ ਗਏ, ਤੁਸੀਂ ਮੈਨੂੰ ਦੱਸੋ ਜੇ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ, ਉਹ ਕਿਉਂ ਚੱਲਣ ਦੇਊਗਾ ਵੀ ਸਰਕਾਰੀ ਸਕੂਲਾਂ ਨੂੰ? ਕਿਉਂ ਉਹ ਚਾਹੂਗਾ ਵੀ ਸਰਕਾਰੀ ਸਕੂਲ ਵਧੀਆ ਬਣ ਜਾਣ? ਉਹ ਕਹੂਗਾ ਪ੍ਰਾਈਵੇਟ ਮੇਰੇ ਵਾਲਿਆਂ 'ਚ ਆਉਣ। ਜੇ ਕਿਸੇ ਮੁੱਖ ਮੰਤਰੀ ਦੀਆਂ ਆਪਦੀਆਂ ਬੱਸਾਂ ਹੋਣਗੀਆਂ, ਉਹ ਕਿਉਂ ਚਲਾਊਗਾ ਵੀ ਸਰਕਾਰੀ? ਉਹ ਤਾਂ ਸਰਕਾਰੀ ਬੱਸਾਂ ਨੂੰ ਉਹਦੇ ਟਾਈਮ ਐਸੇ ਸੈੱਟ ਕਰੂਗਾ ਕਿ ਮੇਰੇ ਵਾਲੀਆਂ ਭਰੀਆਂ ਰਹਿਣ, ਬਾਕੀ ਖਾਲੀ ਜਾ ਜਾਣ, ਮੈਂ ਕੀ ਲੈਣਾ? ਦੈਟਸ ਕਾਲਡ ਕੌਨਫਲਿਕਟ ਆਫ ਇੰਟਰਸਟ। ਇਹੀ ਕਰਦੇ ਰਹੇ ਹੁਣ ਤੱਕ ਸਾਰੇ ਵਪਾਰ ਇਹਨਾਂ ਦੇ। ਜੋ ਦਿਖਦਾ ਕਿਤੇ ਕਿ ਕੋਈ ਵਪਾਰੀ ਕਾਮਯਾਬ ਹੋ ਗਿਆ, ਲਿਆ ਵੀ ਆ ਜਾਏ ਬੁਲਾਓ ਇਹਨੂੰ, ਹਾਂ ਵੀ ਸਾਨੂੰ ਕਿੰਨੇ ਦਿਨਾਂ ਦੱਸੋ। ਕਿਸੇ ਬ੍ਰੈਡ ਵਾਲੀ ਫੈਕਟਰੀ 'ਚ ਖੜ ਗਏ, ਉਹਨੂੰ ਤਾਂ ਬ੍ਰੈਡ 'ਚ ਹਿੱਸਾ ਪਾ ਲਿਆ। ਕਿਸੇ ਟਰੈਕਟਰ ਵਾਲੀ ਫੈਕਟਰੀ 'ਚ ਖੜ ਗਏ, ਦੋ ਟਰੈਕਟਰ ਲੈ ਗਏ, ਆਹੀ ਕੰਮ ਚੱਲਦਾ ਰਿਹਾ ਇਹਨਾਂ ਦਾ। ਆਹ ਦੇ ਦਿਓ ਜੀ ਕਾਕਾ ਜੀ, ਗੱਡੀ 'ਚ ਪੈਕ ਕਰਕੇ ਧਰ ਦਿਓ ਜੀ। ਕੀ ਕਰਿਆ ਗੱਲਾਂ, ਮੁੱਖ ਮੰਤਰੀ ਆ ਬਈ, ਪਰ ਮੂਹਰੋਂ ਆਲਾ ਡਰਦਾ ਵਪਾਰੀ। ਇਹ ਕੰਮ ਨਹੀਂ ਹੈਗਾ ਹੁਣ, ਹੁਣ ਬਿਲਕੁਲ ਇਹ ਕੰਮ ਨਹੀਂ ਹੈਗਾ। ਆਰਾਮ ਨਾਲ ਬੇਖੌਫ ਹੋ ਕੇ ਕੰਮ ਕਰੋ। ਮੈਥੋਂ 2 ਯੂਨਿਟਾਂ ਦੀ ਪਰਮਿਸ਼ਨ ਲੈਣ ਆਉਂਗੇ, 4 ਦੀ ਦੇਊਂਗਾ, ਪਰ ਨਾਲ ਇੱਕ ਸ਼ਰਤ ਰੱਖੂਗਾ ਕਿ 500 ਦੀ ਬਜਾਏ 600-700 ਮੁੰਡੇ ਕੁੜੀਆਂ ਨੂੰ ਕੰਮ ਦੇ ਦਿਓ, ਰੋਜ਼ਗਾਰ ਦੇ ਦਿਓ, ਮੈਨੂੰ ਕੋਈ ਹੋਰ ਕੁਛ ਨਹੀਂ ਚਾਹੀਦਾ ਤੁਹਾਡੇ ਕੋਲ। ਤੁਸੀਂ ਪਹਿਲਾਂ ਹੀ ਆਲਰੇਡੀ ਬਹੁਤ ਪੇ ਕਰ ਰਹੇ ਹੋ। ਮਜ਼ਾਕ ਬਣਾ ਕੇ ਰੱਖਤਾ ਇਹਨਾਂ ਨੇ ਦੇਸ਼ ਦਾ। ਅਸੀਂ ਪੰਜਾਬੀ ਪੂਰੀ ਦੁਨੀਆ 'ਚ ਕਾਮਯਾਬ ਹਾਂ, ਪੰਜਾਬ 'ਚ ਫੇਲ ਹਾਂ। ਕਿਉਂ ਬਈ? ਕਿਉਂਕਿ ਉੱਥੇ ਮਾਹੌਲ ਮਿਲਦਾ, ਉੱਥੇ ਸਰਕਾਰਾਂ ਸਪੋਰਟ ਕਰਦੀਆਂ ਨੇ ਕੰਮ ਨੂੰ। ਬਿਜ਼ਨਸ ਕਰਨਾ ਸਰਕਾਰ ਸਪੋਰਟ ਕਰਦੀ ਹੈ, ਇੱਥੇ ਸਰਕਾਰਾਂ ਖੋਹਦੀਆਂ ਨੇ। ਤੂੰ ਕੰਮ ਕਿਵੇਂ ਕਰ ਲਿਆ ਸ਼ੁਰੂ? ਦੇ ਇੱਧਰ ਸਾਡਾ ਹਿੱਸਾ ਕੱਢ। ਇਹ ਹਿੱਸੇ ਪੱਤੀ ਵਾਲਾ ਕੰਮ ਖਤਮ ਹੋ ਗਿਆ ਹੁਣ।